ਸਾਊਦੀ ਅਰਬ ਚ ਫਸੇ ਅਜਨਾਲਾ ਦੇ ਪਿੰਡ ਦਾਲਮਕੇ ਦੇ ਹਰਪ੍ਰੀਤ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਨੂੰ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਗਈ ਹੈ। ਵੀਡੀਓ ਚ ਹਰਪ੍ਰੀਤ ਦੇ ਵੱਲੋਂ ਸਾਊਦੀ ਅਰਬ ਚ ਉਹਨਾਂ ਦੇ ਨਾਲ ਹੋ ਰਹੇ ਵਿਵਹਾਰ ਬਾਰੇ ਦੱਸਿਆ ਗਿਆ। ਹਰਪ੍ਰੀਤ ਦਾ ਕਹਿਣਾ ਕਿ ਉਹ ਗਲਤ ਏਜੰਟਾਂ ਦੇ ਰਾਹੀਂ ਸਾਊਦੀ ਅਰਬ ਦਾ ਪਹੁੰਚ ਗਏ, ਪਰ ਇੱਥੇ ਆ ਕੇ ਕੰਪਨੀਆਂ ਦੇ ਵੱਲੋਂ ਉਹਨਾਂ ਤੋਂ ਦਿਨ ਰਾਤ ਕੰਮ ਲਿਆ ਜਾਂਦਾ ਅਤੇ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾਂਦੀ, ਜਿਸ ਦੇ ਲਈ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। ਜੀ, ਅਸੀਂ ਆਏ ਸੀ ਕਿ ਕੈਨਵੇ ਵਾਲਿਆਂ ਦੇ ਥਰੂ ਸਾਊਦੀ ਅਰਬ, ਤੇ ਕੈਨਵੇ ਵਾਲਿਆਂ ਨੇ ਸਾਨੂੰ ਅੱਗੇ ਭੇਜਿਆ ਫਾਜ਼ਿਲਕੇ ਵਾਲੇ। ਫਾਜ਼ਿਲਕੇ ਵਾਲਿਆਂ ਨੇ ਸਾਨੂੰ ਇੱਥੇ ਭੇਜਿਆ ਸੀਗਾ। ਕੈਨਵੇ ਵਾਲਿਆਂ ਨੇ ਕੰਪਨੀ ਕੋਈ ਹੋਰ ਦੱਸੀ ਤੇ ਫਾਜ਼ਿਲਕੇ ਵਾਲਿਆਂ ਨੇ ਕੰਪਨੀ ਕੋਈ ਹੋਰ ਦੱਸੀ। ਇੱਥੇ ਸਾਨੂੰ ਸਾਊਦੀ ਕੋਲ ਛੱਡ ਦਿੱਤਾ ਗਿਆ, ਨਾ ਕਿ ਕੋਈ ਕੰਪਨੀ ਆ। ਹਾਂਜੀ, ਬਾਕੀ ਸੈਲਰੀਆਂ ਕੱਟੀਆਂ ਜਾਂਦੀਆਂ ਜੇ, ਤੇ ਬਾਕੀ ਇਹ ਵੀ ਧੱਕੇ ਨਾਲ ਕੰਮ ਲਿਆ ਜਾਂਦਾ ਜੇ, ਤੇ ਸਾਡੇ ਕੋਲ ਗੁਲਾਮੀ ਕਰਾਉਣ ਡੇ ਇੱਕ ਹਿਸਾਬ ਦੀ। ਗੱਡੀਆਂ ਨੂੰ ਤੇਲ ਅਸੀਂ ਆਪ ਖੁਦ ਚੇਂਜ ਕਰਦੇ ਹਾਂ, ਗਰੀਸ ਸਾਡੇ ਕੋਲ ਮਰਾਉਂਦੇ, ਤੇਲ ਆਪ ਚੇਂਜ ਕਰਨਾ ਪੈਂਦਾ। ਜਿਹੜੀ ਸਾਡੀ ਡਿਊਟੀ ਹੈ ਉਹਦਾ ਕੋਈ ਟਾਈਮ ਟੇਬਲ ਨਹੀਂ ਹੈ, 6 ਵਜੇ ਜਾਂਦੇ ਹਾਂ ਤੇ ਸ਼ਾਮ ਨੂੰ ਉਹੀ 8-9 ਵਜੇ ਆਉਂਦੇ ਹਾਂ, ਕੋਈ ਓਵਰ ਟਾਈਮ ਨਹੀਂ, ਕੋਈ ਕੁਛ ਨਹੀਂ ਹੈ, ਨਾ ਕੋਈ ID ਪਰੂਫ, ਨਾ ਕੋਈ ਹੰਗਾਮਾ, ਨਾ ਕੋਈ ਲਾਇਸੈਂਸ। ਇੱਥੇ ਅਸੀਂ ਬਹੁਤ ਪਰੇਸ਼ਾਨ, ਬਹੁਤ ਦੁਖੀ ਹਾਂ। ਸਾਡੀ ਤੇ ਕੇਂਦਰ ਮੰਤਰਾਲੇ ਦੇ ਵਿੱਚ ਇਹੀ ਬੇਨਤੀ ਹੈ ਵੀ ਸਾਨੂੰ ਜਲਦ ਤੋਂ ਜਲਦ ਇੱਥੋਂ ਕਢਾਇਆ ਜਾਵੇ, ਅਸੀਂ ਬਹੁਤ ਤੰਗ ਹਾਂ। ਕੈਨਵੇ ਵਾਲਿਆਂ ਅਤੇ ਫਾਜ਼ਿਲਕੇ ਵਾਲਿਆਂ 'ਤੇ ਕੋਈ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਇੱਦਾਂ ਬੰਦੇ ਕਿਉਂ ਨਹੀਂ ਮੰਗਾ ਸਕਦੇ। ਹੋਰ ਵੀ ਏਜੰਟ ਹੈਗੇ ਆ, ਉਸ ਵੇਲੇ ਬੰਦੇ ਮੰਗਾਉਂਦੇ ਆ। ਇਹਨਾਂ ਦੀ ਕੈ ਫਾਜ਼ਿਲਕੇ ਵਾਲੇ ਇੱਥੇ ਆਉਂਦੇ ਆ ਬੰਦੇ, ਜਦੋਂ ਕੋਈ ਇੱਦਾਂ ਗੱਲਬਾਤ ਹੋ ਜਾਂਦੀ ਆ ਵੀ ਤੁਸੀਂ ਬੰਦੇ ਨੂੰ ਤੰਗ ਕਰਦੇ, ਇੱਥੇ ਆਉਂਦੇ ਆ ਪੈਸੇ ਲੈ ਕੇ ਅਤੇ ਵਾਪਸ ਚਲੇ ਜਾਂਦੇ ਆ, ਨਾ ਬੰਦੇ ਦਾ ਕੋਈ ਸਾਰ ਲੈਂਦੇ ਬਾਅਦ 'ਚ, ਨਾ ਕੋਈ ਕੁਛ। ਬਾਕੀ ਇਹ ਕਿ ਐਗਰੀਮੈਂਟ ਵੀ ਪੂਰਾ ਹੋ ਜਾਵੇ ਤਾਂ ਵੀ ਸਾਊਦੀ ਛੁੱਟੀ ਨਹੀਂ ਦਿੰਦਾ ਹੈ। 4 ਸਾਲ ਪੂਰੇ ਹੋ ਗਏ ਅਤੇ 2 ਸਾਲ ਦਾ ਐਗਰੀਮੈਂਟ ਹੋਇਆ, 4 ਸਾਲ 5 ਮਹੀਨੇ ਕੁਛ ਹੋ ਗਏ ਅਤੇ ਛੁੱਟੀ ਦਿੰਦੇ ਹੈ ਨਹੀਂ ਇਹ। ਕੈਨਵੇ ਵਾਲੇ ਨਾਲ ਵੀ ਗੱਲਬਾਤ ਕਰੀ ਸੀਗੀ 1-2 ਵਾਰ, ਅਤੇ ਉਹ ਕਹਿੰਦੇ ਸੀਗੇ ਪਹਿਲਾਂ ਵੀ ਐਗਰੀਮੈਂਟ ਪੂਰਾ ਕਰੋ, ਜਦੋਂ ਐਗਰੀਮੈਂਟ ਪੂਰਾ ਹੋ ਗਿਆ ਤਾਂ ਫਿਰ ਕਹਿੰਦੇ ਸੀਗੇ ਕਿ 1-2 ਮਹੀਨੇ ਛੁੱਟੀ ਦੇ ਦੇਣਗੇ। ਜਦੋਂ ਛੁੱਟੀ ਨਾ ਦਿੱਤੀ ਤਾਂ ਕੈਨਵੇ ਵਾਲੇ ਨੇ ਫਾਜ਼ਿਲਕੇ ਵਾਲੇ ਨਾਲ ਗੱਲ ਕਰੀ ਹੋਊਗੀ ਜਾਂ ਨਹੀਂ ਕਰੀ, ਅਤੇ ਫਾਜ਼ਿਲਕੇ ਵਾਲੇ ਨਾਲ 1 ਵਾਰ ਗੱਲ ਹੋਈ ਸੀਗੀ ਅਤੇ ਉਹ ਕਹਿੰਦੇ ਸੀਗੇ 20 ਤਰੀਕ ਨੂੰ ਬੁਲਾ ਲਉਂਗੇ ਤੁਹਾਨੂੰ, ਅਤੇ 20 ਤਰੀਕ ਵੀ ਨਿਕਲ ਗਈ, ਕੋਈ ਜਾਣੀ ਕਿ ਪੁੱਛਦੇ ਨਹੀਂ ਹੈ। ਇੱਦਾਂ ਧੱਕਾ ਕਰਦੇ ਹਾਂ, ਆਪਣੇ ਇੰਡੀਆ ਦੇ ਵੀ ਕਰਦੇ ਹਾਂ ਅਤੇ ਸਾਊਦੀ ਵੀ ਧੱਕਾ ਕਰਦੇ ਹਾਂ। ਇੱਥੇ ਕੋਈ ਮੈਡੀਸਨ, ਕੋਈ ਦਵਾਈ ਨਹੀਂ ਹੈ, ਕੋਈ ਨਹੀਂ ਕਿਸੇ ਨੂੰ ਪੁੱਛਦਾ, ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈਗੀ ਸਾਨੂੰ, ਧੱਕਾ ਕਰਦੇ ਸਾਡੇ ਨਾਲ ਇਹ, ਧੱਕਾ ਕਰਦੇ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਇੰਡੀਆ ਬੁਲਾਇਆ ਜਾਵੇ, ਇੰਡੀਆ ਬੁਲਾਇਆ ਜਾਵੇ ਸਾਨੂੰ। ਦੂਜੇ ਪਾਸੇ ਹਰਪ੍ਰੀਤ ਦੇ ਪਰਿਵਾਰ ਵੱਲੋਂ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਅਤੇ ਉਸਦੇ ਦੋਸਤ ਨੂੰ ਜਲਦ ਭਾਰਤ ਲਿਆਂਦਾ ਜਾਵੇ। ਮੇਰਾ ਬੱਚਾ ਸਾਊਦੀ ਅਰਬ ਫਸਿਆ ਹੈਗਾ, ਉਹਨੂੰ ਜਲਦ ਤੋਂ ਜਲਦ ਮੰਗਾਇਆ ਜਾਵੇ। ਉਹਦੇ ਨਾਲ ਬਹੁਤ ਮਾੜੀਆਂ ਹਰਕਤਾਂ, ਬਹੁਤ ਬੁਸ਼ ਕਰਦੇ ਪਏ ਮੁਸਲਮਾਨ, ਮੇਰੇ ਬੱਚੇ ਨੂੰ ਕੁੱਟਮਾਰ ਵੀ ਕਰਦੇ ਪਏ ਆ, ਤਨਖਾਹ ਵੀ ਨਹੀਂ ਦਿੰਦੇ ਪਏ ਬੱਚੇ ਨੂੰ, ਹੋਰ ਬੱਚੇ ਨੂੰ ਖਾਣ ਪੀਣ ਵਾਸਤੇ ਰੋਟੀ ਪਾਣੀ ਵਾਸਤੇ ਵੀ ਬਹੁਤ ਤੰਗ ਪਰੇਸ਼ਾਨ ਆ। ਪਹਿਲੇ ਤਾਂ ਮਹੀਨਾ ਜਦੋਂ ਗਿਆ ਫੋਨ ਨਹੀਂ ਕਰਦਾ, ਰਹਿ ਜਾ ਕਹਿਣਾ ਵੀ ਫੋਨ ਨਹੀਂ ਕਰਦਾ, ਆਖਣਾ ਮੰਮੀ ਜੇ ਫੋਨ ਕਰਦੇ ਹਾਂ ਤਾਂ ਉਹ ਮਸਲਾ ਜਿਹੜਾ ਤੋੜ ਦਿੰਦਾ, ਫੋਨ ਭੰਨ ਦਿੰਦਾ। ਫਿਰ ਰਾਤ ਦੇ 12 ਵਜੇ 1 ਵਜੇ ਫੋਨ ਆਉਣਾ, ਉਦੋਂ ਉੱਠ ਕੇ ਫੋਨ ਸੁਣਨਾ। ਕਿਸੇ ਵੇਲੇ ਤਾਂ ਇਸ ਤਰ੍ਹਾਂ ਹੁੰਦਾ ਕਿ ਮੈਂ ਤਾਂ ਠੀਕ ਨਹੀਂ ਰਹਿੰਦੀ, ਮੈਂ ਤਾਂ ਰੈਸਟ ਵਾਲੀ ਗੋਲੀ ਖਾਂਦੀ ਹਾਂ, ਤਾਂ ਫਿਰ ਮੈਂ ਉੱਠ ਕੇ ਫੋਨ ਮਾੜਾ ਮੋਟੀ ਗੱਲ ਵਿਚਾਰੇ ਨਾਲ ਕਰਨੀ, ਪਰ ਉਹਨੇ ਕਹਿਣਾ ਮੰਮੀ ਮੈਂ ਫੋਨ ਦਿੰਦੇ ਇਸ ਕਰਕੇ ਨਹੀਂ ਕਰਦਾ, ਜੇ ਮੈਂ ਕੰਮ 'ਤੇ ਫੋਨ ਕਰਨਾ ਤਾਂ ਮੇਰਾ ਫੋਨ ਵੀ ਤੋੜ ਦਿੰਦੇ ਆ, ਫੜ ਲੈਂਦੇ, ਖੋਹ ਲੈਂਦੇ ਫੋਨ। ਅਜਨਾਲਾ ਤੋਂ ਪੰਕਜ ਮੱਲੀ ਦੀ ਰਿਪੋਰਟ, ਦੈਨਿਕ ਸਵੇਰਾ TV।